ਤਹਿਸੀਲ ਅਜਨਾਲਾ ਦੇ ਪਿੰਡ ਫਤਿਹਵਾਲ ਵਿਖੇ ਐਕਸਾਈਜ਼ ਵਿਭਾਗ ਵੱਲੋਂ ਅਚਨਚੇਤ ਛਾਪੇਮਾਰੀ ਕਰਕੇ ਵੱਡੀ ਮਾਤਰਾ ਵਿੱਚ ਦੇਸੀ ਲਾਹਣ ਅਤੇ ਸ਼ਰਾਬ ਬਣਾਉਣ ਦਾ ਸਮਾਨ ਬਰਾਮਦ ਕੀਤਾ ਗਿਆ। ਐਕਸਾਈਜ਼ ਵਿਭਾਗ ਵੱਲੋਂ ਕਈ ਲੋਕਾਂ ਦੇ ਘਰਾਂ ਵਿੱਚ ਛਾਪੇਮਾਰੀ ਕਰਕੇ ਸ਼ਰਾਬ ਬਣਾਉਣ ਦਾ ਸਮਾਨ ਅਤੇ ਬਾਹਰ ਖੇਤਾਂ ਅਤੇ ਸੂਏ ਵਿੱਚੋਂ ਵੱਡੀ ਮਾਤਰਾ ਵਿੱਚ ਦੇਸੀ ਸ਼ਰਾਬ ਬਰਾਮਦ ਕੀਤੀ ਗਈ, ਜਿਸ ਨੂੰ ਐਕਸਾਈਜ਼ ਵਿਭਾਗ ਨੇ ਮੌਕੇ ਤੇ ਹੀ ਨਸ਼ਟ ਕਰ ਦਿੱਤਾ। ਇਸ ਮੌਕੇ ਗੱਲਬਾਤ ਕਰਦੇ ਹੋਏ ਐਕਸਾਈਜ਼ ਵਿਭਾਗ ਦੀ ਇੰਸਪੈਕਟਰ ਮੈਡਮ ਰਾਜਵਿੰਦਰ ਗਿੱਲ ਨੇ ਦੱਸਿਆ ਕਿ ਉਹਨਾਂ ਨੂੰ ਕਿਸੇ ਵਿਅਕਤੀ ਕੋਲੋਂ ਪਿਛਲੇ ਕਈ ਦਿਨਾਂ ਤੋਂ ਪਿੰਡ ਵਿੱਚ ਭਾਰੀ ਮਾਤਰਾ ਵਿੱਚ ਸ਼ਰਾਬ ਬਣਾਉਣ ਦੀ ਖਬਰ ਮਿਲੀ ਸੀ, ਜਿਸ ਦੇ ਚੱਲਦੇ ਉਹਨਾਂ ਵੱਲੋਂ ਛਾਪੇਮਾਰੀ ਦੌਰਾਨ 4600 ਲੀਟਰ ਦੇਸੀ ਲਾਹਣ ਅਤੇ ਭਾਰੀ ਮਾਤਰਾ ਵਿੱਚ ਸ਼ਰਾਬ ਬਣਾਉਣ ਵਾਲਾ ਸਮਾਨ ਬਰਾਮਦ ਕੀਤਾ ਗਿਆ। ਉਹਨਾਂ ਕਿਹਾ ਕਿ ਜੇਕਰ ਉਹਨਾਂ ਵੱਲੋਂ ਕਿਸੇ ਵੀ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਤਾਂ ਉਹ ਕਿਸੇ ਵੀ ਹਾਲ ਵਿੱਚ ਬਖਸ਼ਿਆ ਨਹੀਂ ਜਾਵੇਗਾ। ਸਾਡਾ ਇਹ ਪਿੰਡ ਹੈਗਾ ਸੀ ਫਤਿਹਵਾਲ, ਅਤੇ ਕਾਫੀ ਦੇਰ ਤੋਂ ਇਹਨਾਂ ਦੀ ਇਨਫੋਰਮੇਸ਼ਨ ਆ ਰਹੀ ਸੀ ਵੀ ਇਸ ਪਿੰਡ ਦੇ ਵਿੱਚ ਲੋਕ ਕਾਫੀ ਲਾਰਜ ਸਕੇਲ 'ਤੇ ਨਜਾਇਜ਼ ਸ਼ਰਾਬ ਦਾ ਜਿਹੜਾ ਧੰਦਾ ਉਹ ਕਰਦੇ ਪਏ ਨੇ, ਜੋ ਕਿ ਕਈ ਵਾਰੀ ਸਾਡੇ ਐਕਸਾਈਜ਼ ਦੇ ਮੁੰਡੇ ਜਦੋਂ ਜਾਂਦੇ ਸੀ ਅਤੇ ਗਲ ਗੁਲ ਵੀ ਪੈ ਜਾਂਦੇ ਸੀ ਲੋਕ, ਕਾਫੀ ਉੱਥੋਂ ਦੇ ਲੋਕ ਜਿਹੜੇ ਆ ਬੜੇ ਲੜਾਈ ਝਗੜਾ ਕਰਦੇ ਅੱਗੋਂ। ਪਰ ਅੱਜ ਅਸੀਂ ਫਿਰ ਕਾਫੀ ਆਪਣੀ ਟੀਮ ਨੂੰ ਨਾਲ ਲੈ ਕੇ ਕੁਛ ਆਪਣੀਆਂ ਮਹਿਕਮੇ ਦੇ ਤੌਰ 'ਤੇ ਅਫਸਰਾਂ ਤੋਂ ਪਰਮਿਸ਼ਨ ਲੈ ਕੇ ਅਤੇ ਕਾਫੀ ਵੱਡਾ ਰੇਟ ਕੀਤਾ ਵਾ, ਇਹਦੇ ਵਿੱਚ ਸਾਨੂੰ 10 ਡਰੰਮ 200-200 ਲੀਟਰ ਦੇ ਅਤੇ 10 ਡਰੰਮੀਆਂ ਛੋਟੀਆਂ 100-100 ਲੀਟਰ ਦੀਆਂ ਮਿਲੀਆਂ ਨੇ। ਅਤੇ ਇੱਕ ਜਿਹੜੀ ਮੇਨ ਇਸ ਪਿੰਡ 'ਚ ਗੱਲ ਸਾਹਮਣੇ ਆਈ ਆ ਵੀ ਲੋਕਾਂ ਨੇ ਇੱਥੇ ਜਿਹੜਾ ਸਿਸਟਮ ਹੈਗਾ ਵਾ ਉਹਨੂੰ ਘਰਾਂ 'ਚ ਰੱਖਣ ਦੀ ਬਜਾਏ ਉਹਨਾਂ ਨੇ ਬਾਹਰ ਪੈਲੀਆਂ ਪੁਲੀਆਂ 'ਚ ਰੱਖਣਾ ਸ਼ੁਰੂ ਕਰਤਾ ਵਾ। ਮਤਲਬ ਕਿ ਜਿਹੜੀ ਤੁਹਾਨੂੰ ਅੱਗੇ ਵੀ ਦੱਸਿਆ ਸੀ ਅਸੀਂ ਕਈ ਵਾਰੀ ਜਿਹੜੀ ਸੱਕੀ ਹੈਗੀ ਆ ਇੱਥੇ, ਸੱਕੀ ਦਾ ਕਾਫੀ ਸਹਾਰਾ ਲੈਂਦੇ ਲੋਕ, ਉਹਦੇ ਕਿਨਾਰੇ ਕਿਨਾਰੇ ਕੱਢ ਲੈਂਦੇ ਆ। ਅਸੀਂ ਕਾਫੀ ਲੋਕਾਂ ਦੇ ਪੈਲੀਆਂ ਪੁਲੀਆਂ ਦੇ ਵਿੱਚੋਂ ਭਰੇ ਡਰੰਮ ਡਰੂਮ ਫੜੇ ਆ, ਲਾਣ ਕਾਫੀ ਡਿਸਟਰਾਈ ਕੀਤੀ ਆ, ਕੋਈ 4600 ਲੀਟਰ ਦੇ ਕਰੀਬ ਇਹ ਲਾਣ ਆ ਜਿਹੜੀ ਅਸੀਂ ਅੱਜ ਡਿਸਟਰਾਈ ਕਰਕੇ ਆਏ ਹਾਂ। ਅਤੇ ਬਾਕੀ ਹੁਣ ਦੇਖਦੇ ਹਾਂ ਕਿ ਮਤਲਬ ਕੋਈ ਜੇ ਦੋਸ਼ੀ ਇਹਦੇ ਵਿੱਚ ਪਾਇਆ ਜਾਂਦਾ ਤਾਂ ਉਹਦੇ ਖਿਲਾਫ਼ ਆਪਾਂ ਕਾਰਵਾਈ ਲਈ ਲਿਖ ਦਿੰਦੇ ਹਾਂ। ਗ੍ਰਿਫਤਾਰੀ ਕੋਈ ਨਹੀਂ ਹੋਈ, ਇੱਕ ਘਰ ਦੇ ਵਿੱਚ ਅਸੀਂ ਗਏ ਸੀ, ਉਤੋਂ ਭੱਠੀ ਦਾ ਜਿਹੜਾ ਸਮਾਨ ਸੀ ਉਹ ਖਾਲੀ ਮਿਲਿਆ, ਲੇਕਿਨ ਉਹਨਾਂ ਦੇ ਕੋਲ ਸ਼ਰਾਬ ਨਹੀਂ ਬਰਾਮਦ ਹੋਈ ਕੋਈ ਵੀ।